ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮਿਸਟਰ ਸਿੰਘ ਪ੍ਰੋਡਕਸ਼ਨਸ ਪ੍ਰੇਜ਼েন্টস ਪਹਿਲੀ ਰੇਡ ਪਾਉਣ ਦੇ ਲਈ ਕੌਣ ਹੈ ਜਿਹਦੀ ਜੋੜੀ ਕਹਿੰਦੇ ਵੀ ਚੱਕਾਂ ਵਾਲੇ ਦੀਸ਼ੇ ਦੇ ਨਾਲ ਪ੍ਰਸਿੱਧ ਹੋਈ ਰਵੀ ਖੇਡ ਮੈਦਾਨ ਚ ਪਹਿਲੀ ਰੇਡ ਪਾਉਣ ਦੇ ਲਈ ਤਿਆਰ ਪਹਿਲੀ ਰੇਡ ਪਾ ਗਈ ਖੇਡ ਮੈਦਾਨ ਦੇ ਵਿੱਚ ਪੱਟ ਦੇ ਉੱਤੇ ਥਾਪੀ ਮਾਰ ਕੇ ਗੱਭਰੂ ਨੇ ਰੇਡ ਪਾ ਦਿੱਤੀ ਹੈ ਹਾਂਜੀ ਰਪਿੰਦਰ ਜੀ ਕੁਲਵੰਤ ਘੋਲੀਆ ਜੀ ਸਾਡੇ ਸ਼ਗਨੇ ਵੀਰ ਨਾਲ ਸੰਪਰਕ ਕਰਨਗੇ ਲਓ ਪਹਿਲੀ ਰੇਡ ਇਹ ਰ रवि ਆਲੋਵਾਲ ਢੇਰੀਆਂ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਨੌਜਨ ਰਵੀ ਆਲੋਵਾਲ ਢੇਰੀਆਂ ਵਾਲਾ ਆਪਣੀ ਟੀਮ ਦੇ ਲਈ ਲਓ ਸਾਹਮਣੇ ਕਬੱਡੀ ਮੇਰੇ ਵੀਰੋ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਦੀ ਟੀਮ ਵੱਲੋਂ ਇਸ ਵੇਲੇ ਨੌਜਾਨ ਇਹ ਆ ਸੁਖਦੇਵ ਪਰ ਖਾਨੋ ਵਾਲੀਆ ਜਿੰਦਰ ਨਹੀਂ ਮੰਨਦਾ ਵੀ ਪੁਆਇੰਟ ਥਾਂਦੇ ਵਾਲੀਆ ਸੀਪਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਪੁਆਇੰਟ ਇਸ ਵੇਲੇ ਸਟਾਪਰ ਦੇ ਹਿੱਸੇ ਜਾ ਜੁੜਿਆ ਅਗਲੀ ਰੇਡ ਸੋਨੀ ਫਤਿਹਗੁਰ ਛੰਨਾ ਵਾਲਾ ਜ਼ਿਲ੍ਹੇ ਪਟਿਆਲੇ ਦਾ ਨੌਜਾਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਨੌਜਾਨ ਵਧਿਆ ਹੋਇਆ ਹੈ ਚਾਰ ਜਾਫੀ ਤਿਆਰ ਵਰ ਤਿਆਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਸੈਂਟਰ ਵੈਲੀ ਕਬੱਡੀ ਕਲੱਬ ਦਾ ਆ ਨੌਜਨ ਇਸ ਵੇਲੇ ਲੋਤੀ ਮੇਰੇ ਪੰਜਾਬੀ ਵੀਰੋ ਜਫਾ ਲਾ ਰਿਹਾ ਤਾੜੀਆਂ ਜ਼ੋਰਦਾਰ ਮਾਰਦੇ ਲੋਤੀ ਦੇ ਲਈ ਐਨ ਕਮਾਲ ਦੀ ਖੇਡ ਦਿਖਾਉਂਦਾ ਹੋਇਆ ਇਹ ਆ ਨੌਜਨ ਲੋਤੀ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਫੌਜੀ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਨ ਵਾਧਾ ਹੋਇਆ ਇਹ ਆ ਭੋਲੇਕੇ ਵਾਲਾ ਜਿੱਥੋਂ ਦਾ ਮੱਤਾ ਪ੍ਰਸਿੱਧ ਜਿਲ੍ਹਾ ਗੁਰਦਾਸਪੁਰ ਦੀ ਧਰਤੀ ਦਾ ਇਹ ਫੌਜੀ ਨੌਜਨ ਭੋਲੇਕੇ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਨੇ ਸੰਦੀਪ ਨੰਗਲੰਬੀਆਂ ਵਾਲਾ ਇੱਕ ਕੰਨੀ ਤੇ ਗਲੇਡੀਏਟਰ ਆਖਦੀ ਹੈ ਦੁਨੀਆ ਬੜੇ ਲੰਬੇ ਸਮੇਂ ਤੋਂ ਖੇਡਦਾ ਆ ਰਿਹਾ ਹੈ ਯਾਦ ਕੋਟਲੀ ਗਾਜਰਾਂ ਵਾਲੇ ਨੂੰ ਦੁਨੀਆ ਸਿਕੰਜਾ ਕਹਿੰਦੀ ਹੈ ਆਓ ਸਾਹਮਣੇ ਲੱਗ ਗਿਆ ਜਫਾ ਤੇ ਪੁਆਇੰਟ ਇਸ ਵੇਲੇ ਮੇਰੇ ਵੀਰੋ ਸਟਾਪਰ ਦੇ ਹਿੱਸੇ ਜਾ ਜੁੜਿਆ ਇੱਕ ਵਾਰ ਫੇਰ ਤੋਂ ਢੰਡਿਆਂ ਦੇ ਕਬੱਡੀ ਕੱਪ ਦਾ ਸੱਦਾ 24 ਫਰਵਰੀ ਦਾ ਜਿੱਥੇ ਸੁਨੰਦਾ ਸ਼ਰਮਾ ਦਾ ਖੁੱਲਾ ਖਾੜਾ ਲੱਗਣਾ ਹੈ ਲਓ ਕਬੱਡੀ ਇਸ ਵੇਲੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਦਿੜਵੇਂ ਵਾਲਾ ਸ਼ੈਲੀ ਪਾਉਣ ਦੇ ਲਈ ਬਾਧਾ ਹੋਇਆ ਹੈ ਸ਼ੈਲੀ ਦਿੜਵੇਂ ਵਾਲਾ ਕਬੱਡੀ ਪਾ ਰਿਹਾ ਹੈ ਸਾਹਮਣੇ ਮੁਕਾਬਲਾ ਹੈ ਸਖਤ ਹੈ ਜੋਰ ਆਓ ਵਾਹ ਓਏ ਨੌਜਵਾਨ ਕਮਾਲ ਹੈ ਬਗੜੀਆਂ ਸਭ ਮੁੰਡੇ ਦਾ ਕੀ ਨਾਮ ਹੈ ਇਹ ਵੀ ਜ਼ਰੂਰ ਦੱਸ ਦਿਓ ਇਹ ਹੈ ਗੁਲਾਬਾ ਲਸ਼ਕਰੀ ਨੰਗਲਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਗੁਲਾਬਾ ਲਸ਼ਕਰੀ ਨੰਗਲਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਸ਼ੇਰਾ ਮੀਰਾ ਕੋਟ ਵਾਲਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਮੀਰਾ ਕੋਟ ਦੀ ਧਰਤੀ ਦਾ ਸ਼ੇਰਾ ਸੰਦੀਪ ਦੇ ਨਾਲ ਮੁਕਾਬਲਾ ਤੇ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੜਿਆ ਪੁਆਇੰਟ ਇਸ ਵੇਲੇ ਨੌਜਨ ਸ਼ੇਰਾ ਮੀਰਾ ਕੋਟ ਵਾਲਾ ਸੈਂਟਰ ਵੈਲੀ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਦਾ ਪੁਆਇੰਟ ਦੇ ਲਈ ਵਾਅਦਾ ਕਰਦਾ ਹੋਇਆ ਜੋਗੀ ਆ ਗਿਆ ਕਬੱਡੀ ਪਾਉਣ ਦੇ ਲਈ ਲੈ ਵੀ ਨੌਜਨ કરી ਰਹੀ ਗੱਲ ਆ ਰੇਡ ਦੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲੋ ਜੋਗੀ ਆ ਮੇਰੇ ਵੀਰੋ ਹਰਿਆਣੇ ਵਾਲੇ ਦੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਹੋਈ ਚਾਰ ਖਿਡਾਰੀ ਨੇ ਇੱਕ ਪਾਸੇ ਗਲਾਬਾ ਸੰਧੂ ਨੰਗਲ ਪਿੰਡ ਜੇ ਦਾ ਤੇ ਖੇਡ ਮੈਦਾਨ ਤੇ ਚੱਲਦਾ ਹੋਇਆ ਮੁਕਾਬਲਾ ਚੱਲੀਆਂ ਹੋਈਆਂ ਬਾਹਾਂ ਉੱਡਦੀ ਹੋਈ ਧੂੜ ਜੋਰ ਆਪਣਾ ਇਤਿਹਾਸ ਆਪ ਰਚਦਾ ਹੋਇਆ ਮੇਰੇ ਵੀਰੋ ਖੇਡ ਮੈਦਾਨ ਚ ਨੰਗਲ ਨੰਬਰ ਬਾਬਾ ਸੁਖਚੰਦ ਆਸ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੀ ਰੇਡ ਸੇਵਕ ਦੀ ਖੇਡ ਦੇ ਮੈਦਾਨ ਦੇ ਵਿੱਚ ਪੈਦੀ ਹੋਈ ਇਹ ਆ ਸੁਨੀਤ ਪਾਲ ਭਗਵਾਨਪੁਰ ਦੀ ਧਰਤੀ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਹਰਪ੍ਰੀਤ ਡਿੰਪੀ ਹੋਣੀ ਖੁਸ਼ ਨੇ ਨਾਲ ਹਰਮਨ ਚਾਲ ਖੁਸ਼ ਹੈ ਵੀ ਸਾਡੀ ਖੇਡ ਕਲੱਬ ਦਾ ਤੇ ਯੂਨਾਈਟਿਡ ਕਬੱਡੀ ਕਲੱਬ ਦਾ ਓਕੇਡੀ ਤੇ ਯੂਨਾਈਟਿਡ ਦਾ ਮੇਲਾ ਅੱਜ ਲਾਂਬੜਾਂ ਦੇ ਵਿੱਚ ਚੱਲਦਾ ਹੈ ਤੇ ਦੁਨੀਆ ਦੇਖ ਰਹੀ ਹੈ ਜਿਹੜੇ ਨਹੀਂ ਪੁੱਜ ਸਕੇ ਉਹ ਲਾਈਵ ਦੇਖ ਰਹੇ ਐ ਰਵੀ ਆਲੋਵਾਲ ਢੇਰੀਆਂ ਵਾਲੇ ਦੀ ਰੇਡ ਇਸ ਲਈ ਖੇਡ ਮੈਦਾਨ ਦੇ ਵਿੱਚ 12 ਫਰਵਰੀ ਕਹਿੰਦੇ ਬੜੇ ਪਿੰਡ ਦੇ ਕੱਪ ਦੀ ਹੋਣੀ ਐ ਸਾਡੇ ਵੀਰ ਦਰਸ਼ਨ ਸਿੰਘ ਜੀ ਬੱbbi ਸੈਟਲ ਤੇ ਲਾਡੇ ਸੋਤੇ ਹੋਣੀ ਮੇਰੇ ਵੀਰੋ ਸੱਦਾ ਦੇ ਰਿਹਾ ਲਓ ਸਾਹਮਣੇ ਰਵੀ ਆਲੋਵਾਲ ਢੇਰੀਆਂ ਵਾਲਾ ਇਸ ਲਈ ਵੈਨਕੂਵਰ ਪੰਜਾਬ ਸਪੋਰਟਸ ਬੇਰ ਜਾਂ ਤੇ ਮੈਟਰੋ ਤੇ ਸ਼ਾਹਕੋਟ ਦੀ ਖੇਡ ਕਲੱਬ ਦੇ ਲਈ ਨੌਜਨ ਨੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਵੱਡੀ ਸਪੋਰਟ ਹੈ ਨਾ ਖੇਡ ਕਲੱਬਾਂ ਦੀ ਇਸ ਟੀਮ ਦੇ ਲਈ ਲਓ ਸੁਖਦੇਵ ਦੀ ਰੇਡ ਪੈਂਦੀ ਹੋਈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਉਧਰ ਕਹਿੰਦੇ ਕਬੱਡੀ ਦਾ ਗਲੈਡੀਏਟਰ ਸੰਦੀਪ ਆ ਕਿ ਐਵੇਂ ਨਹੀਂ ਉਹ ਕਹਿੰਦੇ ਸਾਨ ਜੱਟ ਨੂੰ ਆਉਂਦੇ ਜਰ ਰੋਕਣੇ ਤੂਫਾਨ ਜੱਟ ਨੂੰ ਆਉਂਦੇ ਜਰ ਰੋਕਣੇ ਤੂਫਾਨ ਜੱਟ ਨੂੰ ਖੇਡ ਮੈਦਾਨ ਦੇ ਵਿੱਚ ਸੋਨੀ ਛੰਨਾ ਵਾਲਾ ਦੀ ਧਰਤੀ ਦਾ ਰੇਡ ਪਾ ਰਿਹਾ ਮੇਰੇ ਵੀਰੋ ਫਤੇਗੜ ਛੰਨਾ ਜਿੰਦ ਹੈ ਜ਼ਿਲ੍ਹੇ ਪਟਿਆਲੇ ਦਾ ਭਵਾਨੀਗੜ ਦੇ ਲਾਗੇ ਆਓ ਸਾਹਮਣੇ ਮੇਰੇ ਵੀਰੋ ਇਸ ਲਈ ਨੌਜਨ ਸੋਢੀ ਲੋਧੀ ਲੋਧੀ ਨੌਜਨ ਕਰਦਾ ਕੋਸ਼ਿਸ਼ ਤੇ ਪੁਆਇੰਟ ਫਤੇਗੜ ਛੰਨਾ ਵਾਲਾ ਸੋਨੀ ਚੱਲ ਵੀ ਫੌਜੀਆ ਪਾ ਵੀ ਕਬੱਡੀ ਨੌਜਨਾਂ ਤੈਨੂੰ ਚਾਰਾਂ ਜਾਫਿਆਂ ਦੇ ਵਿੱਚੋਂ ਨੌਜਨ ਦੀਸ਼ਾ ਤੇ ਕਹਿੰਦੇ ਸੰਦੀਪ ਜ਼ਿਲ੍ਹੇ ਜਲੰਧਰ ਦੇ ਹੈ ਇੱਕ ਜਾਫੀ ਜ਼ਿਲ੍ਹੇ ਫਰੀਦਕੋਟ ਦਾ ਸਰਾਮਾ ਪਿੰਡ ਦਾ ਲਖਾ ਤੇ ਨਾਲ ਮੁਕਸਰ ਸਾਹਿਬ ਦੀ ਧਰਤੀ ਦਾ ਕਹਿੰਦੇ ਨੌਜਨ ਇਸ ਲਈ ਥਾਂਡੇ ਵਾਲੀਆ ਸੀਪਾ ਲਓ ਸੰਦੀਪ ਨੰਗਲ ਅੰਬੀਆਂ ਵਾਲਾ ਗਲੇਡੀਏਟਰ ਲਓ ਮੁਕਾਬਲਾ ਲੱਗਿਆ ਪਿਆ ਜੋਰ ਤੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੜਿਆ ਪੁਆਇੰਟ ਭੋਲੇਕੇ ਵਾਲਾ ਫੌਜੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਇਹ ਹੈ ਦਿੜਬੇ ਵਾਲਾ ਮੇਰੇ ਵੀਰੋ ਸੰਦੀਪ ਲੁੱਤਰ ਦੇ ਕਹਿੰਦੇ ਜੱਕੋਪੁਰ ਦੇ ਵਿੱਚ ਸੱਟ ਲੱਗੀ ਹੈ ਤੇ ਬਾਬਾ ਮੇਰ ਕਰੇ ਜਲਦੀ ਠੀਕ ਹੋ ਕੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪੁੱਜੇਗਾ ਦੁਨੀਆ ਦਾ ਸਟਾਰ ਬੰਪਰ ਸਾਡੀ ਖੇਡ ਕਬੱਡੀ ਦਾ ਸੰਦੀਪ ਲੁੱਧਰ ਵੀਰੇ ਤੇ ਉਸੇ ਪਿੰਡ ਦਾ ਸ਼ੈਲੀ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਮੀਰਾ ਕੋਟੀਆਂ ਸ਼ੇਰੇ ਨੇ ਆਪਣੇ ਡੌਲੇ ਦੇ ਉੱਤੇ ਕਹਿੰਦੇ ਮੇਰੇ ਵੀਰੋ ਉਸ ਮਹਾਨ ਯੋਧੇ ਦਾ ਕਹਿੰਦੇ ਫੋਟੋ ਖਣਵਾਈ ਹੈ ਸੰਤ ਗਿਆਨੀ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਦੀ ਫੋਟੋ ਖਣਵਾਈ ਹੈ ਕਿ ਜੰਮਿਆ ਰੋਡੇ ਪਿੰਡ ਵਿੱਚ ਸੂਰਾ ਕਹਿਣੀ ਕਰਨੀ ਸਿੱਖੀ ਦਾ ਜਰਨੈਲ ਚੜਤ ਹੈ ਅਣਖੀ ਬਾੜੇ ਦੀ ਐਵੇਂ ਨਹੀਂ دیਵਾਨੀ ਦੁਨੀਆ ਭਿੰਡਰਾ ਵਾਲੇ ਦੀ ਆਹ ਸਾਹਮਣੇ ਸਰਾਮਾ ਵਾਲਾ ਲੱਖਾ ਜਿਲ੍ਹਾ ਫਰੀਦਕੋਟ ਆਹ ਖਿਡਾਰੀ ਦਾ ਢਿਲਮਾ ਦੇ ਲਾਗੇ ਪਿੰਡ ਸੁਖਵੀਰ ਦੇ ਪਿੰਡ ਦਾ ਸੇਵਕ ਦੇ ਪਿੰਡ ਦਾ ਲਾਹ ਤੱਕੜਾ ਜਫਾ ਤਾੜੀਆਂ ਜ਼ੋਰਦਾਰ ਮਾਰ ਦਿਓ ਸਰਾਮਾ ਵਾਲੇ ਲੱਖੇ ਨੇ ਇਸ ਵੇਲੇ ਕਮਾਲ ਦੀ ਖੇਡ ਦਿਖਾਉਂਦਾ ਹੋਇਆ ਹੈ ਸ਼ਾਹਕੋਟ ਲੰਜ ਦੇ ਲਈ ਜੋਗੀ ਕਬੱਡੀ ਪਾ ਰਿਹਾ ਹੈ ਲੈ ਵੀ ਰਾਜਨ ਕਲਿਆਣ ਵਾਲਿਆ ਕਰ ਵੀ ਗੱਲ ਲਓ ਸਾਹਮਣੇ ਜੋਗੀ ਨੇ ਫੇਰ ਪੱਟ ਦੇ ਉੱਤੇ ਥਾਪੀ ਮਾਰ ਦਿੱਤੀ ਹੈ ਅਗੇ ਵੱਧ ਕੇ ਰੇਡ ਪਾ ਦਿੱਤੀ ਮੇਰੇ ਵੀਰੋ ਕਿ ਦੂਜੇ ਦੀ ਤਰੱਕੀ ਨੂੰ ਨਾ ਦੇਖ ਛੜੀਏ ਨਿਤ ਹੱਥੀ ਆਪਣੇ ਕਿਰਤ ਕਰੀਏ ਕੱਲ ਤੇ ਨਾ ਛੱਡੀਏ ਵੀ ਕੰਮ ਅੱਜ ਨੇ ਕਰ ਮਿਹਨਤਾਂ ਹੀ ਹੁੰਦੀਆਂ ਚੜਾਈਆਂ ਜਗ ਤੇ ਕੋਸ਼ਿਸ਼ ਕਹਿੰਦੇ ਵੀ ਸਿੱਖ ਸਰਦਾਰ ਨੇ ਕੀਤੀ ਪਰ ਨੰਬਰ ਜਿਹੜਾ ਬਾਬਾ ਸੁਖਚੈਨ ਦਾ ਸਪੋਰਟਿੰਗ ਕਲੱਬ ਸ਼ਾਹਕੋਟ ਦੀ ਟੀਮ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਜੁੜਦਾ ਦੀਸ਼ਾ ਨੂੰ ਵੀ ਕਹਿੰਦੇ 11 ਤਰੀਕ ਨੂੰ ਮੋਟਰਸਾਈਕਲ ਦਿੱਤਾ ਜਾਣਾ ਮੀਤਾ ਪੰਡਤ ਜੀ ਰੈਂਪੀ ਜੀ ਲੱਕੀ ਜੀ ਈਸ਼ਵਰ ਪੰਡਤ ਦੀ ਯਾਦ ਵਿੱਚ ਮੋਟਰਸਾਈਕਲ ਦੇਣਗੇ ਆਹ ਹੈ ਚੱਕਾਂ ਵਾਲਾ ਗਿਆਨ ਚੰਦ ਦਾ ਪੁੱਤਰ ਦੀਸ਼ਾ ਨਾਮ ਕਦੇ ਆਲੋ ਵਾਲ ਤੇ ਕਦੇ ਚੱਕਾਂ ਦੇ ਨਗਰਾਂ ਨੂੰ ਮਸ਼ਹੂਰ ਕਰਦਾ ਖੇਡ ਕਬੱਡੀ ਦੇ ਵਿੱਚ ਮੇਰ ਵੀਰਿਓ ਲਾ ਜੱਫਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਮੋਟਰ ਦਲਾਵਰ ਸਿੰਘ ਜੀ ਹਰੀਪੁਰ ਵਾਲੇ ਵੀ ਪੁੱਜੇ ਆ ਸ਼ੀਰਾ ਔਲਖ ਜੀ ਮਿਹੇੜੂ ਵਾਲੇ ਪੁੱਜੇ ਲਾਲੀ ਢੇਸੀ ਜੀ ਸਾਰੇ ਸਤਿਕਾਰਯੋਗ ਪ੍ਰਮੋਟਰਾਂ ਦਾ ਵੱਡਾ ਸਹਿਯੋਗ ਤੇ ਸ਼ਹੀਦ ਬਾਬਾ ਖੁਸ਼ਾਲ ਸਿੰਘ ਜੀ ਯਾਦਗਰੀ ਕਬੱਡੀ ਕੱਪ ਅੱਜ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਵੀ ਲામੜੇ ਦੀ ਧਰਤੀ ਤੇ ਮਾ ਖੇਡ ਕਬੱਡੀ ਦਾ ਤਗੜਾ ਖੇਡ ਮੇਲਾ ਮਿਰਵੀਰਿਓ ਲਾਈਵ ਦਿਖਾਇਆ ਜਾ ਰਿਹਾ ਪਹਿਲੀ ਜਿਹੜੀ ਵਾਟਰ ਬ੍ਰੇਕ ਹੋ ਚੁੱਕੀ ਆ ਰੇਡੀਐਂਟ ਜਮ ਖੁੱਲਾ ਜੀ ਬਕਸ਼ੀ ਮਾਰਕੀਟ ਦੇ ਅੰਦਰ ਇਹ ਕਿਸੇ ਵੀ ਨੇ ਉੱਥੇ ਐਂਟਰੀ ਕਰਨੀ ਤੇ ਕਰ ਸਕਦੇ ਨੇ ਰੇਡੀਅੰਟ ਜੈਮ ਬਖਸ਼ੀ ਮਾਰਕੀਟ ਦੇ ਅੰਦਰ ਖੁੱਲਾ ਜੀਏ ਬਖਸ਼ੀ ਮਾਰਕੀਟ ਦੇ ਵਿੱਚ ਲੰਬੜੇ ਵਾਲਿਓ ਜਿਹੜੇ ਨਵੇਂ ਮੁੰਡੇ ਜਿੰਮ ਲਾਉਣ ਦੇ ਸ਼ਕੀਨ ਨੇ ਉਹਨਾਂ ਨੂੰ ਦੱਸ ਦਈਏ ਵੀ ਇੱਕ ਵੱਡਾ ਜਿੰਮ ਖੁੱਲ ਗਿਆ ਸਵੇਰੇ ਸ਼ਾਮ ਆਪਾਂ ਉੱਥੇ ਮਿਹਨਤ ਕਰੀਏ ਜਿਹੜਾ ਬਾਦੂ ਟਾਈਮ ਹੈ ਉੱਥੇ ਐਕਸਪੈਂਡ ਕਰੀਏ ਤੇ ਫੇਰ ਹੀ ਗੱਲ ਬਾਣੀ ਆ ਸੋਹਣੇ ਸਰੀਰਾਂ ਦੀ ਲਓ ਕਬੱਡੀ ਇਸ ਵੇਲੇ ਨੌਜਵਾਨ ਗਬਰੂ ਦੀ ਖੇਡ ਮੈਦਾਨ ਦੇ ਵਿੱਚ ਰਮਦਾਸ ਲਾਓ ਮੁਕਾਬਲਾ ਇਸ ਵੇਲੇ ਦੀਸ਼ਾ ਚੱਕ ਕਲਾਂ ਵਾਲਾ ਆਲੋਵਾਲ ਢੇਰੀਆਂ ਦੇ ਲਈ ਖੇਡ ਦਾ ਖੇਡ ਦਾ ਹੋ ਗਿਆ ਮਸ਼ਹੂਰ ਤੇ ਪੁਆਇੰਟ ਸਟਾਪਰ ਦੇ ਹਿੱਸੇ ਜਾ ਜੜਿਆ ਪੁਆਇੰਟ ਇਸ ਵੇਲੇ ਦੀਸ਼ੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਪੱਪੀ ਗਾਖੜ ਦਾ ਮੇਜਰ ਗਾਖੜ ਦਾ ਹਰਮਨ ਚਾਲ ਦਾ ਡਿੰਪੀਆਂ ਦਾ ਤੇ ਨਾਲ ਦੋਚੀ ਕਾਲੇ ਸਿੰਘਾਂ ਵਾਲੇ ਪ੍ਰਸਿੱਧ ਕਬੱਡੀ ਖਿਡਾਰੀ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਉਧਰ ਦਲਵੀਰ ਸਿੰਘ ਖੈਰੇ ਹੋਣੀ ਨਹੀਂ ਪੁੱਜ ਸਕੇ ਸੁਖੇ ਨਿਚਰ ਹੋਣੀ ਨਹੀਂ ਪੁੱਜ ਸਕੇ ਲਲੀਆਂ ਦੇ ਸੰਦੀਪ ਹੋਣੀ ਨਹੀਂ ਪੁੱਜ ਸਕੇ ਪਰ ਕਹਿੰਦੇ ਲਾਈਵ ਆਨੰਦ ਮਾਣਦੇ ਆ ਲੰਬੜੇ ਦੇ ਕਬੱਡੀ ਕੱਪ ਦਾ ਸਾਹਮਣੇ ਦੇਖਦਾ ਵੀ ਫਤੇਗੜ ਛੰਨਾ ਵਾਲਾ ਸੋਨੀ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਸੱਤੇ ਚਾਲ ਦਾ ਵੀ ਅੱਜ ਦੇ ਟੂਰਨਾਮੈਂਟ ਦੇ ਲਈ ਵੱਡਾ ਯੋਗਦਾਨ ਹੈ ਲਓ ਫੌਜੀ ਸ਼ਾਹ ਫੌਜੀ ਇਸ ਲਈ ਨੌਜਾਨ ਭੋਲੇਕੇ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਾਨ ਵਧਿਆ ਹੋਇਆ ਹੈ ਭੋਲੇਕੇ ਵਾਲਾ ਫੌਜੀ ਗੁਰਦਾਸਪੁਰੀਆ ਉਸੇ ਪਿੰਡ ਦਾ ਮੱਤਾ ਲਓ ਵੇਖਦਾ ਵੀ ਚਾਰ ਚਾਰਾਂ ਦੇ ਵਿੱਚੋਂ ਵੇਖਦਾ ਕੌਣ ਮੇਰੇ ਪੰਜਾਬੀ ਵੀਰ ਸ਼ੀਰੇ ਔਲਖ ਦੀ ਖੇਡ ਕਲੱਬ ਦਾ ਹੁਣ ਜਫਾ ਲਾ ਪਾਊ ਕਿ ਨਹੀਂ ਇਹ ਆ ਸੀਪਾ ਥਾਂਦੇ ਵਾਲੀਆਂ ਥਾਂਦੇ ਵਾਲੀਆਂ ਸੀਪਾ ਤੇ ਦੂਜੇ ਪਾਸੇ ਫੌਜੀ ਪੁਆਇੰਟ ਰੀਡਰ ਦੇ ਹਿੱਸੇ ਜਾ ਜੜਿਆ ਕੱਲ ਦੀ ਤਰੀਕ ਹੋਵੇਗੀ ਅੜਾਚਾਂ ਦੇ ਵਿੱਚ 7 ਤਰੀਕ ਹੋਵੇਗੀ ਵੱਲੋਂ ਮਾਜਰੇ ਦੀ 8 ਤਰੀਕ ਆਟੋਬਾਨ ਦੇ ਸੁੱਖਾਵਾਸੀ ਅਰਵਿੰਦਰਵਾਸੀ ਹੁਣੀ ਸੱਦਾ ਦੇ ਰਹੇ ਐ 9 ਤਰੀਕ ਸਮਰਾਲੇ ਦੀ 10 ਤਰੀਕ ਡੱਫਰ ਦੀ 11 ਤਰੀਕ ਸਰਾਲਾ ਰਣੂਆ 12 ਤਰੀਕ ਬੜਾ ਪਿੰਡ ਤੇ ਫਿਰ ਲਓ ਸਾਹਮਣੇ ਵਾਹੋ ਗਬਰੂ ਐ 24 ਤਰੀਕ ਢੰਡਿਆਂ ਦੇ ਕਬੱਡੀ ਕੱਪ ਦੀ ਲਾਲੀ ਢੇਸੀ ਕਹਿੰਦਾ ਵੀ ਮੇਰੇ ਯਾਰ ਦੇ ਪਿੰਡ ਦੇ ਕੱਪ ਦੀ ਜਰੂਰ ਬੋਲਦੀ ਜਲਾਲ ਵਾਲਿਆ ਕਿ ਰਣਜੀਤ ਢੰਡਾ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਹੈ ਉਹ ਵੀ ਪੁੱਜ ਰਿਹਾ ਥੋੜੇ ਦਿਨਾਂ ਦੇ ਵਿੱਚ ਮੇਰੇ ਵੀਰੋ ਉਸ ਕੱਪ ਦਾ ਵੀ ਜਿਹੜਾ ਆਪਾਂ ਸੱਦਾ ਜਰੂਰ ਦੇਣਾ ਤੇ ਸੁਨੰਦਾ ਸ਼ਰਮਾ ਦੀ ਗੱਲ ਹੋਣੀ ਹੈ ਲਾਲੀ ਜੀ ਸ਼ਾਮ ਨੂੰ ਕਹਿੰਦੇ ਮੈਚਾਂ ਤੋਂ ਬਾਅਦ ਜਿੱਥੇ ਪਿਛਲੇ ਸਾਲ ਜੀਵਨ ਨੇ 5.5 ਲੱਖ ਦੀਆਂ ਤਿੰਨ ਰੇਡਾਂ ਪਾਈਆਂ ਲਓ ਸ਼ੇਰਾ ਮੀਰਾ ਕੋਟੀਆਂ ਤੇ ਸੰਦੀਪ ਨੰਗਲ ਅੰਬੀਆਂ ਵਾਲਾ ਨੰਗਲ ਅੰਬੀਆਂ ਪਿੰਡ ਸਾਹਮਣੇ ਦੇਖਦਾ ਵੀ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ 18 ਫਰਵਰੀ ਦਾ ਸੱਦਾ ਸੰਦੀਪ ਆਕਦਾ ਵੀ ਨੰਗਲ ਅੰਬੀਆਂ ਤੇ ਕਬੱਡੀ ਕੱਪ ਦਾ ਬਲਜੀਤ ਗੱਲ ਪਾਦੜਾ ਤੇ ਸੁਖੀ ਪਿੰਕ ਦੀ ਯਾਦ ਵਿੱਚ ਮੇਰੇ ਵੀਰੋ ਜਿਹੜਾ ਵੱਡਾ ਕੱਪ ਹੋਵੇਗਾ ਮਾਤਾ ਪੰਜਾਬ ਕੌਰ ਸਪੋਰਟਸ ਕਲੱਬ ਵੱਲੋਂ ਪਿੰਕੇ ਸੇਖੋਣਾ ਵੱਲੋਂ ਸੱਦਾ ਇਸ ਵੇਲੇ ਕਬੱਡੀ ਜੋਗੀ ਦੀ ਤੇ ਰਾਜਨ ਕਲਿਆਣ ਗੱਲ ਕਰਉ। ਉਹ ਜੋਗੀ ਦੀ ਰੇਡ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਹੋਈ ਛੇਰਾਂ ਵੀ ਕਹਿੰਦੇ ਵੀ ਤਿਆਰ ਐ ਲੋ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਪਈ ਹੋਈ ਰੇਡ ਚੱਲਦਾ ਹੋਇਆ ਮੁਕਾਬਲਾ ਲੱਗਾ ਹੋਇਆ ਜੋਰ ਖੇਡ ਮੈਦਾਨ ਦੇ ਵਿੱਚ ਮੈਂ ਦੇਖਦਾ ਵੀ ਇਸ ਵੇਲੇ ਕੋਚ ਜਿਹੜੀ ਲੋਦੀ ਸੰਧੂ ਨੰਗਲਾ ਮੈਂ ਨੰਗਲ ਪਿੰਡ ਸੰਧੂ ਨੰਗਲ ਤੇ ਲੋਧੀ ਨਾਮ ਜਿਹਨੇ ਬਾਅਦ ਕੇ ਟਰਾਈ ਕੀਤੀ ਮੇਰੇ ਵੀਰੋ ਚਾਰ ਖਿਡਾਰੀ ਸ਼ਾਹਕੋਟ ਦੀ ਟੀਮ ਦੇ ਉਧਰ ਸਗਨਾ ਸੰਧੂ ਵੀ ਅੱਜ ਐਨ ਖੁਸ਼ ਹੈ ਲਓ ਬਿੱਲੇ ਦੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਹੋਈ ਚੱਕਾਂ ਵਾਲਾ ਨਾਲ ਕਹਿੰਦੇ ਸਰਾਮਾ ਵਾਲਾ ਨਾਲ ਨੰਗਲ ਅੰਬੀਆਂ ਵਾਲਾ ਤੇ ਨਾਲ ਥਾਂਦੇ ਵਾਲਾ ਮੇਰੇ ਵੀਰੋ ਲੋਧੀਸ਼ੇ ਦੇ ਨਾਲ ਕਰ ਮੁਕਾਬਲਾ ਬਿੱਲਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਅਗਲੀ ਰੇਡ ਰਵੀ ਅੰਗੋਵਾਲ ਢੇਰੀਆਂ ਪਿੰਡ ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ ਤੇ ਖੇਡ ਦੇ ਮੈਦਾਨ ਦੇ ਵਿੱਚ ਆ ਅੱਜ ਲਾਂਬੜੇ ਦੀ ਸਰ ਜ਼ਮੀਨ ਰੇਡ ਜਿਹੜੀ ਪੈਂਦੀ ਹੋਈ ਉਧਰ ਮੈਂ ਦੇਖਦਾ ਵੀ ਗੁਜਰਾਵਾਲ ਦੀ ਧਰਤੀ ਦਾ ਮੰਨਾ ਵੀ ਤਿਆਰ ਹੈ ਪਰ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਲੱਗਾ ਹੋਇਆ ਦੋ ਖਿਡਾਰੀਆਂ ਵਿਚਕਾਰ ਜੋਰ ਤੇ ਨੰਬਰ ਇਸ ਵਿਲੇ ਵਿੱਚ ਦੇਖਦਾ ਵੀ ਬਾਬਾ ਸੁਖਚੈਨ ਦਾ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਦੇ ਲਈ ਪੱਪੂ ਗਾਖਲ ਜੀ ਵੀ ਪੁੱਜੇ ਆ ਅਗਲੀ ਰੇਡ ਤੇ ਰੁਪਿੰਦਰ ਜੀਲਾਲ ਜੀ ਗੱਲ ਕਰਦੇ ਹੋਏ ਲਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਮੇਰੇ ਵੀਰੋ ਇਹ ਹੈ ਬਾਬਾ ਪੁੱਡਾ ਜੀ ਕਬੱਡੀ ਕਲੱਬ ਰਮਦਾਸ ਸ਼ਿਕਾਰਮਾਸ਼ੀਆਂ ਵਾਲਾ ਬਲਕਾਰਾ ਵੀ ਪੁੱਜਾ ਹੋਇਆ ਪ੍ਰਸਿੱਧ ਕਬੱਡੀ ਖਿਡਾਰੀ ਮੇਰੇ ਵੀਰੋ ਇਹ ਹੈ ਸੁਖਦੇਵ ਰਮਦਾਸ ਵਾਲਾ ਨੌਜੋਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸੁਖਦੇਵ ਰਮਦਾਸ ਵਾਲਾ ਸਰਾਮਾ ਵਾਲਾ ਲਖਾ ਪ੍ਰੈਸ ਬਚ ਗਈ ਹੈ ਹੁਣ ਪ੍ਰੈਸ ਮਾਰਨ ਵਾਲੇ ਨੂੰ ਪਤਾ ਤੇ ਜਿਹਦੇ ਵੱਜੀ ਹੈ ਮੇਰੇ ਵੀਰੋ ਉਹਨੂੰ ਵੀ ਪਤਾ ਵੀ ਕਿੰਨਾ ਔਖਾ ਹੋ ਜਾਂਦਾ ਹੈ ਨਹੀਂ ਖਿਡਾਰੀ ਜਾਣਦੇ ਐ ਲਓ ਇਸ ਵੇਲੇ ਸਰਾਮਾ ਵਾਲਾ ਲੱਖਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹਰ ਗਵਿੰਦਰਜੀਤ ਸਿੰਘ ਦੁੱਲਾ ਸੁਰਖਪੁਰੀਆ ਤੇਜਾ ਸਿੰਘ ਨੰਮੜਦਾਰ ਦਾ ਪੁੱਤਰ ਬੈਠਾ ਹੈ ਦੁਨੀਆ ਦਾ ਬੈਸਟ ਖਿਡਾਰੀ ਮੇਰੇ ਵੀਰੋ ਐਨ ਗੱਲਾਂ ਚੱਲੀਆਂ ਘਰ ਘਰ ਵੀ ਦੁੱਲੇ ਨੇ ਕਲੈਰੀ ਮੋਰ ਬਣ ਕੇ ਮੇਰੇ ਵੀਰੋ ਪੂਰੀ ਦੁਨੀਆ ਦੀਆਂ ਖੇਡ ਮੈਦਾਨਾਂ ਦੇ ਵਿੱਚ ਕਬੱਡੀਆਂ ਪਾਈਆਂ ਲਓ ਸਾਹਮਣੇ ਦੇਖਣਾ ਵੀ ਇਸ ਵੇਲੇ ਫੌਜੀ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਅੱਜ 51000 ਦੀ ਨਗਦ ਰਕਮੀ ਦੇ ਨਾਲ ਲੱਲੀਆਂ ਵਾਲੇ ਬਿੱਲੀ ਦਾ ਹਰਖੋ ਵਾਲੀਏ ਸੱਪੇ ਥਿਆੜੇ ਵੱਲੋਂ ਕਹਿੰਦੇ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹਰਖੋ ਵਾਲੀਏ ਸੱਪੇ ਥਿਆੜੇ ਵੱਲੋਂ ਲੱਲੀਆਂ ਵਾਲੇ ਬਿੱਲੀ ਨੂੰ ਅੱਜ 51000 ਦੀ ਨਗਦ ਰਕਮੀ ਦੇ ਨਾਲ ਸਨਮਾਨ ਕੀਤਾ ਜਾਣਾ ਹੈ ਅਗਲੇ ਮੈਚ ਦੇ ਲਈ ਦੁਆਬਾ ਮੌਰੀਏ ਸੁਰਖਪੁਰ ਵਰਸਸ ਰੁੜਕਾ ਰੁੜਕੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਮਲਜੀਤ ਸਿੰਘ ਨੀਟੂ ਕੰਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹ ਕੀ ਚਿੱਟੀ ਵਾਲੇ ਦਾ ਔਰ ਯੰਗ ਕਬੱਡੀ ਕਲੱਬ ਲਾਲੀ ਢੇਸੀ ਪੁੱਜਾ ਹੋਇਆ ਹੈ ਪ੍ਰਧਾਨ ਹੈ ਨੈਸ਼ਨਲ ਕਬੱਡੀ ਫੈਡਰੇਸ਼ਨ ਦਾ ਲਓ ਸਾਹਮਣੇ ਕਬੱਡੀ ਇਸ ਲਈ ਪੁਆਇੰਟ ਰੀਡਰ ਦੇ ਹਿੱਸੇ ਜਾ ਜੁੜਿਆ ਮੈਂ ਵੀ ਦਲਾਵਰ ਵੀਰ ਮੈਂ ਆਪਣੇ ਵੱਲੋਂ ਤੁਹਾਡੇ ਸਾਰੇ ਨਿਊਜ਼ੀਲੈਂਡ ਨਿਵਾਸੀਆਂ ਦਾ ਦਿਲਜੀਤ ਸਿੰਘ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਵੇਂ ਖਿਡਾਰੀਆਂ ਨੂੰ ਉਹਨਾਂ ਨੇ ਇੱਕ ਸ਼ਰਤ ਰੱਖੀ ਵੀ ਜਿਹੜਾ ਖਿਡਾਰੀ ਅਸੀਂ ਨਿਊਜ਼ੀਲੈਂਡ ਉਹ ਲੈ ਕੇ ਜਾਣਾ ਜਿਹੜਾ ਨਾ ਕਨੇਡਾ ਅਮਰੀਕਾ ਜਾਂ ਇੰਗਲੈਂਡ ਨਾ ਖੇਡਿਆ ਹੋਵੇ ਫਰੈਸ਼ ਪਾਸਪੋਰਟ ਵਾਲੇ ਖਿਡਾਰੀਆਂ ਦੇ ਵੀ ਜੇ ਨਿਊਜ਼ੀਲੈਂਡ ਦੇ ਵਿੱਚ ਲਵਾਉਂਦੇ ਆ ਇਹ ਵਧੀਆ ਸੋਚ ਹੈ ਇਹ ਕਬੱਡੀ ਨੂੰ ਪ੍ਰਮੋਟ ਕਰਨ ਵਾਲੀ ਸੋਚ ਹੈ ਲਓ ਸਾਹਮਣੇ ਇਸ ਲਈ ਸਰਾਵਾ ਵਾਲਾ ਲੱਖਾ ਕਰਦਾ ਕੋਸ਼ਿਸ਼ ਮੀਰਾ ਕੋਟੀਆ ਸ਼ੇਰਾ ਫੜਿਆ ਗਿਆ ਗੁੱਟ ਮੁੰਡਾ ਭੱਜ ਗਿਆ ਪੁਆਇੰਟ ਲੈ ਕੇ ਤਾੜੀਆਂ ਜ਼ੋਰਦਾਰ ਮਾਰ ਦਿਓ ਇਸ ਵੇਲੇ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ ਜਾ ਜੁੜਿਆ ਲੈ ਵੀ ਰਾਜਨ ਕਰੀ ਵੀ ਗੱਲ 10 ਤਰੀਕ ਜਿਹੜੀ ਉੱਗੀ ਦੇ ਵਿੱਚ ਵੱਡਾ ਜਿਹੜਾ ਖੇਡ ਮੇਲਾ ਮੇਰੇ ਵੀਰੋ 11 ਤਰੀਕ ਕਹਿੰਦੇ ਸਰਹਾਲਾ ਰਾਣੂਆਂ ਦੀ ਐ 22 ਤੇ 23 ਤਰੀਕਾ ਮੱਲੀਆਂ ਦੇ ਖੇਡ ਮੇਲੇ ਦੀਆਂ ਮੇਰੇ ਵੀਰੋ ਐਨ ਰੰਗਲੇ ਪੰਜਾਬ ਦੀ ਰੰਗਲੀ ਧਰਤੀ ਖੇਡ ਮੇਲਿਆਂ ਦੇ ਨਾਲ ਗਲਾਵ ਖੜਿਆ ਪਿਆ ਖੇਡ ਕਬੱਡੀ ਦਾ ਪੰਜਾਬ ਰੰਗਲੇ ਦੀ ਧਰਤੀ ਤੇ ਰੰਗ ਵੱਜੇ ਪਏ ਨੇ ਕਬੱਡੀ ਦੇ ਵੱਡੇ ਪ੍ਰਮੋਟਰ ਅੱਜ ਪੁੱਜੇ ਹੋਏ ਨੇ ਲਾਮੜੇ ਦੀ ਧਰਤੀ ਐ ਬਿੱਲੇ ਦੀ ਰੇਡ ਐ ਉਧਰ ਸਰਾਵਾ ਵਾਲਾ ਹਾਈਟ ਜਿਆਦਾ ਵੱਡੀ ਨਹੀਂ ਪਰ ਖੇਡ ਮੈਦਾਨਾਂ ਦੇ ਵਿੱਚ ਟੌਪ ਦੇ ਜੱਥੇ ਲਾਉਂਦਾ ਨਾਲ ਕਹਿੰਦੇ ਵੀ ਨੰਗਲ ਅੰਬੀਆਂ ਵਾਲਾ ਕਿਸੇ ਜਾਣ ਪਹਿਚਾਣ ਦਾ ਮਤਾਜ ਨਹੀਂ ਨਾਲ ਕਹਿੰਦੇ ਵੀ ਤਾਰੀ ਆ ਢਿੰਡੋਵਾਲ ਦੀ ਧਰਤੀ ਦਾ ਤੇ ਉਧਰ ਬਲਵਿੰਦਰ ਸਿੰਘ ਜੀ ਛੱਠਾ ਉਹ ਵੀ ਪੁੱਜੇ ਹੋਏ ਨੇ ਢੰਡੋਵਾਲ ਪਿੰਡ ਜਿਹੜਾ ਦਾ ਭਿੰਦਾ ਜੀ 19 ਤਰੀਕ ਦੇ ਸੱਦੇ ਦੇਰਾ ਤੇ 20 ਤਰੀਕ ਮੇਰੇ ਵੀਰੋ ਸੈਦੋਵਾਲ ਦੇ ਵਿੱਚ ਰੌਣਕਾਂ ਲੱਗਣ ਗਿਆ ਕਿ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਡੌਲਿਆਂ ਨੂੰ ਯਾਰ ਹੱਥ ਨਹੀਂ ਪੈਂਦੇ ਗਾਜੀਆਂ ਚ ਚੌੜੀਆਂ ਛਾਤੀਆਂ ਵਾਲੇ ਜਦੋਂ ਵਿੱਚ ਮੈਦਾਨੀ ਬੁੱਕਦੇ ਐ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਰਵੀ ਇਹ ਕਹਿੰਦੇ ਆਲੋਵਲ ਢੇਰੀਆਂ ਪਿੰਡ ਦਾ ਖੇਡ ਮੈਦਾਨ 'ਚ ਕਬੱਡੀ ਪਾ ਕੇ ਨੰਬਰ ਜੋੜਦਾ ਆਪਣੀ ਟੀਮ ਸ਼ਾਹਕੋਟ ਦੀ ਟੀਮ ਦੇ ਲਈ ਕਿ ਮਿੱਤਰਾ ਇਲਾਕਾ ਸ਼ੇਰਾਂ ਦਾ ਮਿੱਤਰਾ ਇਲਾਕਾ ਗੱਲ ਕਹਿੰਦੇ ਕੇ ਐਸ ਮੱਖਣ ਨੇ ਕੀਤੀ ਸੀ ਕਿ ਆਹ ਇਲਾਕਾ ਸ਼ੇਰਾਂ ਦਾ ਵਾਕਈ ਇੱਕ ਇਹਨੇ ਵੱਡੇ ਖਿਡਾਰੀ ਵੱਡੇ ਕਾਪੇ ਇਸ ਇਲਾਕੇ ਨੇ ਦਿੱਤੇ ਐ ਲੈ ਵੀ ਨੌਜਵਾਨਾ ਕਿੰਨੇ ਕਿੰਨੇ ਪੁਆਇੰਟ ਨੇ ਆਹ ਮੈਚ ਦੇ ਹਾਫ ਟਾਈਮ ਤੱਕ ਦੇ ਦੱਸੀ ਫਿਰ ਆਪਾਂ ਸਾਰੀ ਸੰਗਤ ਦੇ ਨਾਲ ਸਾਂਝੇ ਕਰਾਂਗੇ ਬਾਬਾ ਬੁੱਢਾ ਜੀ ਕਲੱਬ ਰਮਦਾਸ ਦੇ ਪੁਆਇੰਟ ਨੇ 12 ਤੇ ਸ਼ਾਹਕੋਟ 21.5 ਤੇ ਵੱਡਾ ਖੇਡ ਮੇਲਾ ਖੇਡ ਦੇ ਮੈਦਾਨ ਵਿੱਚ ਰੇਡ ਫਿਰ ਜਿਹੜੀ ਐਸ ਵੱਲੇ ਧੰਤਾਰ ਦਾ ਬੁੱਢਾ ਰਮਦਾਸ ਕਬੱਡੀ ਕਲੱਬ ਦੇ ਵੱਲੋਂ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪੈਂਦੀ ਮੇਰੇ ਵੀਰੋ ਸੁਖਦੇਵ ਦੀ ਰੇਡ ਪੈ ਚੁੱਕੀ ਦੂਜੇ ਪਾਸੇ ਢੰਡੋ ਵਾਲੀਆਂ ਅਵਤਾਰ ਸਿੰਘ ਤਾਰੀ ਖੁੱਚ ਪੱਟਦਾ ਜੋਰ ਲੱਗਾ ਪਿਆ ਕਿ ਭੱਜਦਿਆਂ ਨੂੰ ਇੱਕੋ ਜਿੱਕਾ ਬਾਣ ਮਿੱਤਰੋ ਟਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਕਰੇ ਗੱਲ ਲੱਖ ਲੱਖ ਦੀ ਤੇ ਧੁੰਮ ਪੈ ਗਈ ਲਾਂਬੜੇ ਦੇ ਕਬੱਡੀ ਕੱਪ ਦੀ ਵਾਲੀਆਂ ਤਾਰੀ ਇਸ ਲਈ ਜਫਾ ਲਾ ਗਿਆ ਮੇਰੇ ਵੀਰੋ ਇਹ ਆ ਤਾਰੀ ਢੰਡੋ ਵਾਲੀਆਂ ਆਪਣੀ ਟੀਮ ਦੇ ਲਈ ਪੁਆਇੰਟ ਦਾ ਬੰਦਾ ਸਰਦਾਰ ਕੁਰਿੰਦਰ ਸਿੰਘ ਜੀ ਵੀਰ ਸਾਹਿਬ ਉਹ ਵੀ ਸਟੇਜ ਤੇ ਆਉਣ ਫਤੇ ਗੜ ਸ਼ੰਨਾ ਵਾਲੇ ਦੀ ਸੋਨੀ ਦੀ ਰੇਡ ਹਰਪਾਲ ਸਿੰਘ ਪਾਲੀ ਦਾ ਵੱਡਾ ਨਾਮ ਤੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਦੇਖਦੇ ਵੀ ਮੁਕਾਬਲਾ ਦੋ ਖਿਡਾਰੀਆਂ ਦੇ ਵਿਚਕਾਰ ਗਲਾਬੇ ਦੇ ਨਾਲ ਟੱਕਰ ਤੇ ਨੰਬਰ ਇਸ ਵੇਲੇ ਸੋਨੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸ਼ਾਹਕੋਟ ਦੀ ਟੀਮ ਤੇ ਦੂਜੇ ਪਾਸੇ ਰਮਨਦਾਸ ਦੀ ਟੀਮ ਦੇ ਵਿਚਕਾਰ ਮੁਕਾਬਲਾ ਫੌਜੀ ਆ ਗਿਆ ਭੋਲੇ ਕੇ ਪਿੰਡ ਵਾਲਾ ਸਿੱਖ ਸਰਦਾਰ ਸੋਨੀ ਹਾਈਟ ਕੇ ਜਿਮ ਵਿੱਚ ਜਾ ਕੇ ਕਦੇ ਖੜੀ ਐ ਨਾ ਬੇਲੇ ਯਾਰਾਂ ਦੋਸਤਾਂ ਨਾਲ ਹੁੰਦੇ ਯੱਗ ਉੱਤੇ ਮੇਲੇ ਬੋਵੀ ਚਿੱਟੀ ਆਖਦਾ ਤੂੰ ਖੇਡ ਲੈ ਕਬੱਡੀ ਕਬੱਡੀ ਹੁਣ ਲੱਖਾਂ ਤੇ ਕਰੋੜਾਂ ਉੱਤੇ ਚੱਲੇ ਵੱਡਾ ਖੇਡ ਮੇਲਾ ਵੱਡੀ ਰੇਡ ਵੱਡਾ ਜੱਫਾ ਐਨ ਕਹਿੰਦਾ ਵੀ ਥਾਂਦੇ ਵਾਲੀਆ ਖੇਡ ਦਾ ਚ ਡੱਕਣ ਦਾ ਯਤਨ ਕਰਦਾ ਪਰ ਨੰਬਰ ਫੌਜੀ ਭੋਲੇਕੇ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਰੇਡ ਤੇ ਰਪਿੰਦਰ ਜਲਾਲ ਬਾਲਾ ਗੱਲ ਕਰਦਾ ਹੋਇਆ ਸ਼ੈਲੀ ਇਹ ਅਦੜਵੇ ਵਾਲਾ ਸ਼ੈਲੀ ਸਰਦਾਰ ਸੁਰਜਨ ਸਿੰਘ ਜੀ ਚਠਾ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਨਾਰਥ ਇੰਡੀਆ ਫਾਊਂਡੇਸ਼ਨ ਦੀ 8 ਟੀਮਾਂ ਲੈ ਕੇ ਪੁੱਜਿਆ ਅੰਕਲ ਸੁਰਜਨ ਸਿੰਘ ਜੀ ਚਠਾ ਲਓ ਸ਼ੈਲੀ ਦਿੜਵੇਂ ਦਾ ਤੇ ਜੋਰ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਇਸ ਲਈ ਧੰਨਵਾਦ ਅਸੀਂ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਕੁਲਵੀਰ ਸਿੰਘ ਜੀ ਬਿਰਦੀ ਯੂਕੇ ਮੇਨ ਸਪੌਂਸਰਸ਼ਿਪ ਦੇ ਡਿੰਪੀ ਜੀ ਕਹਿੰਦੇ ਵੀ ਅੱਜ ਦੇ ਇਸ ਕਬੱਡੀ ਕੱਪ ਦੇ ਕੁਲਵੀਰ ਸਿੰਘ ਵਿਰਤੀ ਹੋਣੀ ਯੂਕੇ ਤੋਂ ਹਰਮਨ ਟਰਾਂਸਪੋਰਟ ਦੇ ਮਯਾਰੀ ਪਿੰਡ ਦੇ ਜੰਪਲ ਜਸਵਿੰਦਰ ਸ਼ੋਕਰ ਤੇ ਬਲਵੀਰ ਰਾਏ ਦਾ ਕਹਿੰਦੇ ਅੱਜ ਦੇ ਕਬੱਡੀ ਕੱਪ ਦੇ ਲਈ ਪਹਿਲਾ 1.5 ਲੱਖ ਦਾ ਪ੍ਰਾਈਜ਼ ਹੈ ਯੂਨਾਈਟਿਡ ਕਬੱਡੀ ਕਲੱਬ ਵਾਲਿਆਂ ਦਾ ਆਓ ਸਾਹਮਣੇ ਆਓ ਸਾਹਮਣੇ ਆਓ ਸਾਹਮਣੇ ਸੀਪਾ ਠਾਂਡੇ ਵਾਲੀਆ ਇਸ ਲਈ ਕਮਾਲ ਕਮਾਲ ਕਰਦਾ ਹੋਇਆ ਮੇਰੇ ਵੀਰੋ ਵਾਹ ਓਏ ਨੌਜਨ ਆ ਖੇਡੋਰੀ ਦੇ ਪਿਛਲੇ ਸਾਲ ਜਦੋਂ ਨੰਗਲੰਬੀਆਂ ਦੇ ਵਿੱਚ ਮੇਰੇ ਵੀਰੋ ਸ਼ੋਅ ਮੈਚ ਹੋਇਆ ਮਾਤਾ ਪੰਜਾਬ ਕੌਰ ਜੀ ਦੇ ਮੇਲੇ ਤੇ ਸੱਟ ਲੱਗੀ ਸੀ ਪਰ ਗੁਰੂ ਨੇ ਮਿਹਰ ਕੀਤੀ ਰਿਕਵਰੀ ਕੀਤੀ ਗੱਭਰੂ ਨੇ ਮਿਹਨਤ ਕਰਕੇ ਮੇਰੇ ਵੀਰੋ ਅੱਜ ਫੇਰ ਵਾਪਸੀ ਕੀਤੀ ਐ ਚੋਣ ਹੋਈ ਐ ਇਸ ਨੌਜਨ ਗੱਭਰੂ ਦੀ ਮੇਰੇ ਵੀਰੋ ਲਓ ਸਾਹਮਣੇ ਕਬੱਡੀ ਆਓ ਵਾਹ ਓ ਗੱਭਰੂ ਐ ਪੁਆਇੰਟ ਰੇਡਰ ਦਾ ਪੁਆਇੰਟ ਇਸ ਲਈ ਫੈਸਲਾ ਹੋ ਚੁੱਕਿਆ ਖਾਨੋ ਵਾਲੀ ਜਿੰਦਰ ਦਾ ਵੀ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਇਸ ਲਈ ਨੌਜਨ ਧਾਵੀ ਦਾ ਸਾਰੀ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰਿਆਂ ਦਾ ਚੱਲਿਆ ਹੋਏ ਇੱਕ ਕਦਮ ਸਿਰ ਮੱਥੇ ਹੈ ਕੋਈ ਲਾਗਲੇ ਪਿੰਡੋਂ ਪੁੱਜਿਆ ਕੋਈ 20 ਕਿਲੋਮੀਟਰ ਤੋਂ ਪੁੱਜਿਆ ਕੋਈ 50 ਕਿਲੋਮੀਟਰ ਤੋਂ ਪੁੱਜਿਆ ਕੋਈ 100 ਕਿਲੋਮੀਟਰ ਤੋਂ ਪੁੱਜਿਆ ਤੇ ਕੋਈ ਕਹਿੰਦੇ ਜਹਾਜ਼ ਪੜ ਕੇ ਫੜ ਕੇ ਮੇਰੇ ਵੀਰੋ ਹਜ਼ਾਰਾਂ ਮੀਲਾਂ ਨੂੰ ਤੈਅ ਕਰਦਾ ਹੋਇਆ ਹੈ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਪੁੱਜਿਆ ਲੋ ਭਗਵਾਨਪੁਰੀਆ ਸੁਨੀਤ ਖੇਡ ਮੈਦਾਨ 'ਚ ਰੇਡ ਪਾ ਰਿਹਾ ਸੱਸੇ ਤੇ ਸੁਨੀਤ ਸੱਸੇ ਤੇ ਸੰਦੀਪ ਤੇ ਖੇਡ ਮੈਦਾਨ ਦੇ ਵਿੱਚ ਸੱਸੇ ਤੇ ਸਫਲਤਾ ਇਸ ਵੇਲੇ ਢਾਵੀ ਦੇ ਕਦਮ ਚੁੰਮਦੀ ਮੇਰੇ ਵੀਰੋ ਕਬੱਡੀ ਦੇ ਵੱਡੇ ਪ੍ਰਮੋਟਰ ਪੁੱਜੇ ਹੋਏ ਨੇ ਵੱਡਾ ਸਹਿਯੋਗ ਹੈ ਫਿਰ ਮੈਦਾਨ ਦੇ ਵਿੱਚ ਕਬੱਡੀ ਫਿਰ ਇਸ ਵੇਲੇ ਸੋਨੀ ਫਤੇਗੜ ਛੰਨਾ ਵਾਲੇ ਨੇ ਰੇਡ ਪਾ ਦਿੱਤੀ ਹੈ ਸੱਭਾ ਦੁਰਗਾਪੁਰ ਵਾਲਾ ਤਿਆਰ ਨਾਲ ਕਹਿੰਦੇ ਵੀ ਮੰਨਾ ਗੁਜਰਾਪੁਰ ਦੀ ਧਰਤੀ ਦਾ ਉਹ ਵੀ ਤਿਆਰ ਹੈ ਪਰ ਖੇਡ ਮੈਦਾਨ ਚ ਫਟੇਗੜ ਛੰਨਾ ਵਾਲਾ ਸੋਨੀ ਨੰਬਰ ਜੋੜਦਾ ਹਾਂਜੀ ਸੋਨੀ ਫਟੇਗੜ ਛੰਨਾ ਵਾਲਾ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਅਗਲੀ ਰੇਡ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਦੀ ਟੀਮ ਦਾ ਸੈਂਟਰ ਵੈਲੀ ਖੇਡ ਕਲੱਬ ਕਹਿੰਦੇ ਆਹ ਟੀਮ ਦੀ ਮੇਨ ਸਪਾਂਸਰ ਹੈ ਮੇਰੇ ਵੀਰੋ ਰਾਜੇ ਧਾਮੀ ਹੋਣੀ ਹੈਰੀ ਭੰਗੂ ਹੋਣੀ ਸਾਡੇ ਵੀਰ ਸਾਰੇ ਵੀਰਾਂ ਦਾ ਵੱਡਾ ਯੋਗਦਾਨ ਹੈ ਬਿੱਟੂ ਹੋਣਾ ਦਾ ਹਰ ਦੂਸਰੇ ਪਾਸੇ ਸੰਦੀਪ ਨੰਗਲ ਅੰਬੀਆਂ ਵਾਲਾ ਮੇਰੇ ਵੀਰੋ ਵਾਹ ਓ ਗੱਬਰੂ ਐ ਪੁਆਇੰਟ ਇਸ ਲਈ ਸਟਾਪਰ ਦਾ ਇਹ ਆ ਨੌਜਵਾਨ ਸੰਦੀਪ ਨੰਗਲ ਅੰਬੀਆਂ ਵਾਲਾ ਜਿਹੜਾ ਕਪਤਾਨ ਕਹਿੰਦੇ ਸੁਲਤਾਨ ਐ ਇਸ ਟੀਮ ਦਾ ਤੇ ਕਮਾਲ ਸਾੰਭੀ ਹੋਈ ਆ ਸੰਦੀਪ ਨੇ ਨਾਲ ਹੀ ਆਖਦਾ ਵੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਐ ਸਾਡੀ ਖੇਡ ਕਲੱਬ ਦੇ ਲਈ ਵੱਡਾ ਯੋਗਦਾਨ ਐ ਮਲਕੀਤ ਦਿਓਲ ਉਹਨਾਂ ਦਾ ਪਿੰਕੀ ਢਿੱਲੋਂ ਉਹਨਾਂ ਦਾ ਸੁਖੇਮਾਨ ਕਾਲੇ ਹਾਂ ਸੋਣਾ ਦਾ ਲਓ ਸਾਹਮਣੇ ਵਾਹ ਓ ਨੌਜਵਾਨ ਇਹ ਮੰਨਾ ਨੌਜਨ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਕੁਲਵੀਰ ਸਿੰਘ ਜੀ ਬਿਰਦੀ ਯੂਕੇ ਜਸਵਿੰਦਰ ਸ਼ੋਕਰ ਪਹਿਲਾ ਪ੍ਰਾਈਜ਼ ਬਲਵੀਰ ਰਾਏ ਤੇ ਜਸਵਿੰਦਰ ਸ਼ੋਕਰ ਵੱਲੋਂ ਦਿੱਤਾ ਜਾ ਰਿਹਾ ਹੈ ਰਣਜੀਤ ਢੰਡਾ ਦੂਜਾ ਪ੍ਰਾਈਜ਼ ਦੇ ਰਿਹਾ ਹੈ ਨੀਟੂ ਕੰਗ ਹਰਪ੍ਰੀਤ ਡਿੰਪੀ ਜੀ ਤਰਸ਼ੇਮ ਲਾਲ ਸੇਮਾ ਜੀ ਸੋਖਾ ਭਪਾਲ ਸੁਰਿੰਦਰ ਅਠਵਾਲ ਹਰਮਨ ਚਾਲ ਤੇ ਇਧਰ ਸੰਦੀਪ ਤੇ ਫੌਜੀ ਤਾੜੀਆਂ ਜ਼ੋਰ ਦਾ ਹੁੱਲੇ ਹਲਾਰੇ ਹੋ ਵੀਰ ਖੇਰਾ ਨਾਮਦੇਵ ਯੂਕੇ ਜਗਜੀਤ ਸਿੰਘ ਜੀ ਅਠਵਾਲ ਛੰਮੀਪੁਰ ਵਾਲੇ ਜੋ ਸਾਬਕਾ ਡਾਇਰੈਕਟਰ 슈ਗਰ ਮਿਲ ਨਿਕੋਦਰ ਤੇ ਵਰਿੰਦਰ ਸਿੰਘ ਜੀ ਲਸ਼ਰ ਬਿੱਟੂ ਯੂਕੇ ਹਸਨਪੁਰ ਪਿੰਡ ਵਾਲੇ ਜਸਵੀਰ ਸਿੰਘ ਜੀ ਢੇਸੀ ਟ੍ਰੈਨ ਤੋਂ ਨਰਿੰਦਰਜੀਤ ਸਿੰਘ ਜੀ ਮੱਟੂ ਸੁੱਖਾ ਢੇਸੀ ਕੁਇੰਗ ਟੂਇੰਗ ਤੇ ਲਾਲੀ ਢੇਸੀ ਆਓ ਸਾਹਮਣੇ ਆਓ ਸਾਹਮਣੇ ਆਓ ਸਾਹਮਣੇ ਉਹ ਵਾਹ ਓਏ ਗਬਰੂ ਐ ਇਸ ਵੇਲੇ ਕਮਾਲ ਹੁੰਦਾ ਹੋਇਆ ਖੇਡ ਮੈਦਾਨ ਅੰਦਰ ਲੋਕ ਲੱਗੇ ਹੋਏ ਹੰਤੂ ਨੰਗਲ ਵਾਲੇ ਲੋਧੀ ਨੇ ਮੇਲਾ ਲੁੱਟਿਆ ਦਰਸ਼ਕਾਂ ਨੇ ਆਪ ਤਾੜੀਆਂ ਮਾਰੀਆਂ ਸਿੱਖ ਸਰਦਾਰ ਇਹ ਜਗਦੀਪ ਕਲਾ ਵਾਲਾ ਲੋਤੀ ਜਿਸ ਨੌਜਨ ਨੇ ਜਫਾ ਲਾ ਕੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੱਤਾ ਲੈ ਵੀ ਆਪਣਾ ਰਾਜਨ ਇੱਕ ਸੈਕਿੰਡ ਲੈਣਾ ਵੀਰਿਆ ਔਰ ਸਰਤਾਜ ਬਾਜਵਾ ਜੀ ਜੋਰਾ ਸੰਧੂ ਜੀ ਜਸਵੰਤ ਪੱਪੂ ਗਾਖੜ ਹੈਲੋ ਨਾਲ ਸਰਦਾਰ ਮੇਜਰ ਗਾਖੜ ਸਵੇਤ ਸਿੰਘ ਯੂਕੇ ਸੁਖਾ ਜੀ ਜਿਨ੍ਹਾਂ ਨੇ 11000 ਰੁਪਿਆ ਐਨਆਰਏ ਕਲੱਬ ਨੂੰ ਭੇਜਿਆ ਉਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਆ ਸਾਡੇ ਵੱਡੇ ਵੱਡੇ ਸਤਿਕਾਰਯੋਗ ਪਾਜੀ ਮੋਣਾ ਜੀ ਕਾਲਾ ਸੰਗਿਆ ਤੋਂ ਵੀ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜਤਿੰਦਰ ਸਿੰਘ ਅਠਵਾਲ ਫਤੇਹ ਸਿੰਘ ਯੂਕੇ ਰਣਜੀਤ ਸਿੰਘ ਜੀ ਪਾਲਾ ਬਾਬਾ ਗੁਰਦਰਸ਼ਨ ਸਿੰਘ ਜੀ ਧਨਵਾਦ अवतार ਢੇਸੀ ਮੇਰੇ ਵੀਰੋ ਯੂनाइटेड ਰਿਚਮੰਡ ਕਬੱਡੀ ਕਲੱਬ ਵਾਲੇ ਲਾਓ ਸਾਹਮਣੇ ਰਵੀ ਆਲੋ ਬਲ ਢੇਰੀਆਂ ਵਾਲਾ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰੇ ਖਿਡਾਰੀ ਦੇ ਹਲਕੀ ਚੋਟ ਲੱਗੀ ਹੈ ਜਿੰਨੇ ਵੀ ਖਿਡਾਰੀ ਹੁਣ ਹੱਸਦੇ ਖੇਡਦੇ ਜਾਣ ਕਿਸੇ ਦੇ ਸੱਟ ਨਾ ਲੱਗੇ ਸੇਵਾ ਸਿੰਘ ਜੀ ਰੰਧਾਵਾ ਮਲਟਨ ਕਬੱਡੀ ਕਲੱਬ ਜਸਪਾਲ ਸਿੰਘ ਜੀ ਪਾਲ ਗੁਰਪ੍ਰੀਤ ਸਿੰਘ ਜੀ ਮੇਜਰ ਕੋਟਲਾ ਵਾਲੇ ਪਵਨ ਚਾਲ ਜੀ ਕੁਲਵਿੰਦਰ ਸਰਪੰਚ ਜੀ ਕਹਿੰਦੇ ਵੀ ਆਪੋ ਆਪਣੀਆਂ ਰਵੈਤੀ ਖੇਡਾ ਕਰਦੇ ਨੇ ਹਰਿਆਣੇ ਤੋਂ ਬਬਲੂ ਵੰਟੀ ਜਿਹਨੇ ਰੇਲ ਗੱਡੀ ਚਲਾ ਕੇ ਲਾ ਵੀ ਬਾਅਦ ਵਿੱਚ ਮੈਚ ਤੋਂ ਬਾਅਦ ਵਿੱਚ ਕਿ ਰਲਕੇ ਮੁੰਡੇ ਕੁੜੀਆਂ ਨੇ ਇੱਕ ਨਵੀਂ ਸਕੀਮ ਬਣਾਈ ਪਾਸੇ ਹਟ ਜਾ ਸੋਹਣਿਆ ਸਾਡੀ ਰੇਲ ਗੱਡੀ ਸਾਡੀ ਅਵੀ ਰੇਲ ਗੱਡੀ ਨਹੀਂ ਚਲਾਨੀ ਰਸਤਾ ਨਹੀਂ ਹੈ ਅਵੀ ਟਾਈਮ ਦੇ ਨਾਲ ਕਿਉਂਕਿ ਫਾਟਕ ਬੰਦ ਹੋਵੇ ਤਾਂ ਰੇਲ ਗੱਡੀ ਨਹੀਂ ਚਲਾਨੀ ਚਾਹੀਦੀ ਟਾਈਮ ਦੇ ਨਾਲ ਚੱਲੂਗੀ ਟਾਈਮ ਨਾਲ ਕੀਤੇ ਕੰਮ ਚੰਗੇ ਲੱਗਦੇ ਨੇ ਸਭ ਨੂੰ ਜੋ ਖੋਜੇ ਜਾਂਦੇ ਸਮੇਂ ਤੋਂ ਉਹ ਦੋਸ਼ ਦਿੰਦੇ ਰੱਬ ਨੂੰ ਮਾੜਾ ਸਮਾਂ ਨਾ ਆਵੇ ਕਿਸੇ ਤੇ ਕਰੋ ਦਵਾਮਾ ਸੱਚੀਆਂ ਸਮਾਂ ਕਰੇ ਬਰਬਾਦ ਬੰਦੇ ਨੂੰ ਸਮਾਂ ਦੇਵੇ ਤਰੱਕੀਆਂ ਸਮਾਂ ਹਸਾਵੇ ਸਮਾਂ ਰੁਲਾਵੇ ਭੇਦ ਸਮੇਂ ਦਾ ਸਮਝ ਨਾ ਆਵੇ ਰਾਜੇ ਖੇਲੇ ਤੁਰਨਾ ਪੈਂਦਾ ਅੰਤ ਸਮਾਂ ਜਦ ਸਿਰ ਤੇ ਆਵੇ ਸਮੇਂ ਦੀਆਂ ਬਾਤਾਂ ਮੇਰ ਵੀਰਿਓ ਸਮੇਂ ਦੀਆਂ ਬਾਤਾਂ ਲਓ ਆ ਗਿਆ ਫੌਜੀ ਭੋਲੇ ਕੰਵਾਲਾ ਸੰਦੀਪ ਨੰਗਲ ਅੰਬੀਆਂ ਵਾਲਾ ਨਾਲ ਤਾਰੀ ਢੰਡੋਵਾਲੀਆਂ ਨਾਲ ਲੱਖਾ ਨੂਰ ਮਹਿਲ ਦਾ ਏਰੀਆ ਚੀਮਿਆਂ ਵਾਲਾ ਤੇ ਨਾਲ ਲੱਖਾ ਸਰਾਮਾਂ ਵਾਲਾ ਮੇਰੇ ਵੀਰੋ ਚਾਰ ਨੇ ਚੌਂ ਦੇ ਵਿੱਚੋਂ ਕਬੱਡੀ ਦਾ ਸੁਪਰ ਕਬੱਡੀ ਦਾ ਅਦੁੱਪਰ ਕਬੱਡੀ ਦਾ ਸਟਾਰ ਮਹਿੰਗੇ ਮੁੱਲ ਦਾ ਯਾਪੀ ਇਹ ਹ ਸੰਦੀਪ ਨੰਗਲ ਅੰਬੀਆਂ ਵਾਲਾ ਪਰ ਨੰਬਰ ਜਿਹੜਾ ਖੇਡ ਮੈਦਾਨ ਦੇ ਵਿੱਚ ਫੌਜੀ ਭੋਲੇਕੇ ਵਾਲੇ ਨੇ ਜੋੜ ਦਿੱਤਾ ਸ਼ੈਲੀ ਆ ਗਿਆ ਕਹਿੰਦੇ ਖੇਡ ਮੈਦਾਨ ਚ ਲਓ ਸ਼ੈਲੀ ਦਿੜਵੇ ਵਾਲਾ ਦੋ ਤਿੰਨ ਥਾਪੀਆਂ ਮਾਰ ਕੇ ਥੋੜਾ ਕੱਚਾ ਉਤਾਂ ਨੂੰ ਕੀਤਾ ਇਸ ਨੌਜਨ ਨੇ ਮੇਰੇ ਵੀਰੋ ਖਿਲਾਰ ਦਿੱਤੀਆਂ ਬਾਹਾਂ ਆਹ ਸਾਹਮਣੇ ਚਾਰ ਚਾਰਾਂ ਦੇ ਵਿੱਚੋਂ ਕਹਿੰਦੇ ਰਮਦਾਸ ਵਾਲਾ ਇਸ ਲਈ ਨੌਜਨ ਗੋਰੇ ਨਿਸ਼ੋ ਰੰਗ ਵਾਲਾ ਕਰਦਾ ਕੋਸ਼ਿਸ਼ ਤੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੜਿਆ ਟੋਨੀ ਸੰਧੂ ਜੀ ਬੀਵੀਐਸ ਰੁੜਕਾ ਨੂੰ ਲੈ ਆਓ ਤੇ ਲਾਲੀ ਢੇਸੀ ਉਹਨਾਂ ਨੂੰ ਬੇਨਤੀ ਹੈ ਵੀ ਦੁਆਬਾ ਮੌਰੀਆ ਸੁਰਖਪੁਰ ਦੀ ਟੀਮ ਨੂੰ ਵੀ ਕਾਲ ਕਰ ਦਿਓ ਵੀ ਆਪਾਂ ਜਲਦੀ ਦੇ ਨਾਲ ਪਹੁੰਚ ਜਾਈਏ ਮੋਹਣਾ ਜੀ ਕਾਲੇ ਸਿੰਘਾਂ ਵਾਲੇ ਤੇ ਨਾਲ ਤੋਚੀ ਜੀ ਮਹਿੰਦਰ ਮੌੜ ਜੀ ਜੀਤਾ ਮੌੜ ਸਾਰੇ ਸੱਦਾ ਦੇ ਰਿਆ ਵੀ 13 ਤਰੀਕ ਨੂੰ ਵੱਡੀ ਛਿੰਝ ਹੋਣੀ ਹੈ ਜੱਸੇ ਪੱਟੀ ਵਾਲੇ ਦੀ ਕੁਸ਼ਤੀ ਹੋਊਗੀ ਤੇ 14 ਤਰੀਕ ਨੂੰ ਵੱਡੇ ਮੱਲ ਭੜਨਗੇ ਕਬੱਡੀ ਦੇ ਬਾਵਾ ਕਾਂ ਦਾਸ ਦੀ ਧਰਤੀ ਕਾਲੇ ਸੰਘਾ ਪਿੰਡ ਲਓ ਸਾਹਮਣੇ ਤਾਰੀ ਢੰਡੋ ਵਾਲੀਆ ਪਿਛਲੇ ਸਾਲ ਦੇ ਜਲੂਰ ਬਰਨਾਲੇ ਦੇ ਕੱਪ ਦਾ ਕਹਿੰਦੇ ਬੈਸ ਯਾਫੀ ਰਿਹਾ ਢੰਡੋ ਵਾਲੀ ਆ ਤਾਰੀ ਇਸ ਵੇਲੇ ਜਫਾ ਨਹੀਂ ਲੱਗੂਗਾ ਕਿ ਲੱਗੂਗਾ ਗੱਲ ਉਹ ਵਾਹ ਉਹ ਤਾਰੀ ਉਹ ਵਾਹ ਢੰਡੋ ਵਾਲੀ ਮੀਰਾ ਕੋਟੀ ਇਹ ਸ਼ੇਰੇ ਨੇ ਜਫਾ ਲਾਇਆ ਢੰਡੋ ਵਾਲੀ ਇਤਾਰੀ ਨੇ ਗਰਾਊਂਡ ਦੇ ਵਿੱਚ ਅਗਲੇ ਮੈਚ ਦੀਆਂ ਟੀਮਾਂ ਪਹੁੰਚ ਜਾਣ ਜਲਦੀ ਤੋਂ ਜਲਦੀ ਲਓ ਰੇਡ ਫੇਰ ਗੁਰਪ੍ਰੀਤ ਦੜਬੇ ਵਾਲਾ ਪਾ ਰਿਹਾ ਮੇਰੇ ਵੀਰੋ ਛਾ ਕੋਟ ਦੀ ਟੀਮ ਨ 스타 ਖਿਡਾਰੀ ਤੇ ਦੂਜੇ ਪਾਸੇ ਮੇਰੇ ਵੀਰਿਓ ਗਲਾਬੇ ਨੇ ਵੱਧ ਕੇ ਟਰਾਈ ਕੀਤੀ ਲੱਗੀ ਹੋਈ ਕੈਂਚੀ ਸਮਾਂ ਬੀਤਦਾ ਜਾ ਰਿਹਾ ਕੁਝ ਸੈਕਿੰਡ ਬਾਕੀ ਆ ਲਓ ਸਾਹਮਣੇ ਕਹਿੰਦੇ ਸਾਰੇ ਰਾ ਬੰਦ ਕਰਦਾ ਹੋਇਆ ਕਿ ਮਾਹੀਆ ਆਪਣੀ ਮਾਂ ਸਮਝਾ ਲੈ ਬੋਲਣ ਦਾ ਇਹਨੂੰ ਢੰਗ ਸਿਖਾ ਲੈ ਨਹੀਂ ਤੇ ਚੜ ਜੂਗਾ ਕੋਈ ਚੰਦਵੇਂ ਮੈਂ ਬੁਰੀ ਕਰੂੰਗੀ ਨਵਜਾਂ ਕਰ ਦੋ ਬੰਦਵੇਂ ਖੇਡ ਮੈਦਾਨ ਦੇ ਵਿੱਚ ਫੇਰ ਰੇਡ ਜਿਹੜੀ ਪੈ ਰਹੀ ਆ ਸੁਖਦੇਵ ਦੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਮੇਰੇ ਵੀਰੋ ਚਾਰ ਖਿਡਾਰੀ ਨੇ ਹੁਣ ਲੱਖਾ ਜੀਮਿਆਂ ਵਾਲਾ ਖੇਡ ਮੈਦਾਨ ਦੇ ਵਿੱਚ ਲੱਖਾਂ ਦੀ ਗੱਲ ਕਰੂ ਕਿ ਨਹੀਂ ਪਰ ਨੰਬਰ ਐਸ ਵੇਲੇ ਰੇਡਰ ਦਾ ਨੰਬਰ ਐਸ ਵੇਲੇ ਰੁੜਕਾ ਤੇ ਸੁਰਖਪੁਰ ਅਗਲਾ ਮੈਚ ਖੇਡਿਆ ਜਾਣਾ ਦੋਨੋਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਰੁੜਕਾ ਤੇ ਸੁਰਖਪੁਰ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਗਰਾਊਂਡ ਦੇ ਵਿੱਚ ਆ ਜਾਣ ਫਤਿਹਗੜ ਛੰਨਾ ਵਾਲਾ ਇਹ ਆ ਨੌਜਨ ਸੋਨੀ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਰੁੜਕਾ ਤੇ ਸੁਰਖਪੁਰ ਦੀ ਟੀਮ ਆ ਚੁੱਕੀ ਹੈ ਮਹਿਮਦਵਾਲੀਆ ਜੋਤਾ ਆ ਗਿਆ ਹੈ ਗੱਗੂ ਆ ਗਿਆ ਹੈ ਖੀਰਾਵਾਲੀਆ ਅਮਨ ਆ ਗਿਆ ਹੈ ਤੇ ਵਖਰੀ ਜੀ ਕਢਵਾਈ ਕਰਾਈ ਹੈ ਕਹਿੰਦੇ ਮਹਿਮਦਵਾਲੀਆ ਸੰਦੀਪ ਨੇ ਆਪਣੇ ਡੌਲੇ ਦੇ ਉੱਤੇ ਤੇ ਯਾਦਗਾਰੀ ਜਫੇ ਲਾਉਣ ਦੇ ਵਿੱਚ ਮਸ਼ਹੂਰ ਹੈ ਨੌਜਨ ਯਾਦਵਿੰਦਰ ਸਿੰਘ ਯਾਦਾ ਸੁਰਖਪੁਰੀਆ ਇਧਰ ਸਰਾਵਾਂ ਵਾਲਾ ਮੇਰੇ ਵੀਰੋ ਖੇਡ ਵਿਧਾਨ ਦੇ ਵਿੱਚ ਲੱਖਾ ਕੈਂਚੀ ਲਾਉਂਦਾ ਹੋਇਆ ਕਿ ਯਾਰਾਂ ਦੇ ਸਿਰਾਂ ਤੇ ਦਿਲਾਂ ਤਾਰਾਂ ਦੇ ਸਿਰਾਂ ਤੇ ਜਿੱਤੀ ਦੇ ਮੈਦਾਨ ਇਹ ਭਰਾਵਾਂ ਦੇ ਸਿਰਾਂ ਤੇ ਇੱਕ ਦੀ ਯੁਰਤ ਨਾਲ ਫੈਸਲੇ ਕਰੀਦੇ ਉੱਤੋਂ ਰੱਬ ਦੀ ਵੀ ਨਿਗਾ ਮਿਹਰਬਾਨ ਚਾਹੀਦੀ ਗੈਰਾਂ ਦੇ ਨਹੀਂ ਸਿਰਾਂ ਉੱਤੇ ਲਾਏ ਜਾਂਦੇ ਜੱਫੇ ਆਪਣੇ ਵੀ ਡੌਲਿਆਂ 'ਚ ਜਾਨ ਚਾਹੀਦੀ ਗੈਰਾਂ ਦੇ ਸਿਰਾਂ ਤੇ ਨਹੀਂ ਲੱਗਦੇ ਉਹ ਜੱਫੇ ਆਪਣੇ ਵੀ ਡੌਲਿਆਂ 'ਚ ਜਾਨ ਚਾਹੀਦੀ ਸ਼ਾਹਕੋਟ ਦੀ ਟੀਮ ਕਹਿੰਦੇ ਆ ਮੈਚ ਨੂੰ ਜਿੱਤ ਕੇ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਅਰਮਦਾਸ ਨੇ ਪੁਆਇੰਟ ਨੇ 21 ਸ਼ਾਹਕੋਟ 35 ਸ਼ਾਹਕੋਟ ਜਿੱਤ ਕੇ ਫਾਈਨਲ ਦੇ ਵਿੱਚ ਪੁੱਜ ਚੁੱਕੀ ਹੈ